ਮਹਿਰੂਮ ਨੇਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਜਿਹੜੀ ਪਹਿਲੀ ਬਰਸੀ ਹੈ ਕੱਲ੍ਹ ਬਾਦਲ ਪਿੰਡ ਦੇ ਵਿੱਚ ਜਿਹੜੀ ਮਨਾਈ ਜਾਣੀ ਹੈ, ਜਿਹਨੂੰ ਲੋਕਾਂ ਵੱਲੋਂ ਸ਼ਰਧਾਂਜਲੀ ਦੇਣ ਵਾਸਤੇ ਇੱਥੇ ਜਿਹੜੇ ਪਹੁੰਚਣਗੇ, ਇਹ ਤੁਹਾਨੂੰ ਦਿਖਾ ਦਈਏ ਜੀ। ਜਿਹੜਾ ਪੰਡਾਲ ਬਣਾਇਆ ਗਿਆ ਇਹ ਬਾਦਲ ਪਿੰਡ ਤੋਂ ਜਿਹੜਾ ਲੰਬੀ ਨੂੰ ਜਾਂਦੀ ਜਿਹੜੀ ਰੋਡ ਹੈ, ਜਿਸ ਜਗ੍ਹਾ ਦੇ ਉੱਤੇ ਜਿਹੜਾ ਬਾਦਲ ਸਾਹਿਬ ਦਾ ਜਿਹੜਾ ਸੰਸਕਾਰ ਕੀਤਾ ਗਿਆ ਸੀ ਉਸੇ ਜਗ੍ਹਾ ਦੇ ਉੱਤੇ ਜਿਹੜਾ ਇੱਕ ਬਹੁਤ ਵੱਡਾ ਪੰਡਾਲ ਲਾਇਆ ਗਿਆ, ਜਿਹੜਾ ਕਰੀਬ 2.5 ਏਕੜ ਦੇ ਵਿੱਚ ਜਿਹੜਾ ਪੰਡਾਲ ਹੈ, ਜਿਹਦੀ ਇੱਕ ਬਹੁਤ ਵੱਡੀ ਜਿਹੜੀ ਸਟੇਜ ਵੀ ਇੱਥੇ ਇਸ ਥਾਂ 'ਤੇ ਜਿੱਥੇ ਬਣਾਈ ਗਈ ਹੈ ਇਹਨੂੰ ਜਿਹੜਾ ਦੇਖਦੇ ਹੋਏ ਕੱਲ੍ਹ ਨੂੰ ਜਿਹੜਾ ਭਲਕੇ ਜਿਹੜਾ 10 ਤਰੀਕ ਨੂੰ ਜਿਹੜਾ ਬਾਦਲ ਸਾਹਿਬ ਨੂੰ ਜਿਹੜੀ ਪਹਿਲੀ ਜਿਹੜੀ 1.5 ਸਾਲ ਦੀ ਜਿਹੜੀ ਵਰਸੀ ਹੈ ਉਹ ਇਸ ਥਾਂ ਤਾਂ ਜੇ ਬਣਾਈ ਜਾਣੀ ਹੈ, ਅਤੇ ਇਸ ਜਗ੍ਹਾ ਦੇ ਉੱਤੇ ਅਕਾਲੀ ਵਰਕਰਾਂ ਦੇ ਅਕਾਲੀ ਵਰਕਰ ਜੋ ਵੀ ਪੰਜਾਬ ਤੋਂ ਹੈ, ਜਿਹਦੇ ਨਾਲ ਸੂਬਿਆਂ ਤੋਂ ਲੱਗਦੇ ਜਿਵੇਂ ਹਰਿਆਣਾ ਹੈ, ਰਾਜਸਥਾਨ ਤੋਂ, ਜਿਹੜਾ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਉਹਨਾਂ ਦੇ ਜਿਹੜੇ ਚਾਹਵਾਨ ਹੈ, ਜਿਹੜੇ ਉਹਨਾਂ ਨੂੰ ਚਾਹੁੰਦੇ ਸੀਗੇ ਜੇ, ਕਿਉਂਕਿ ਰਾਜਨੀਤੀ ਦੇ ਵਿੱਚ ਜਿਹੜਾ ਬਾਦਲ ਸਾਹਿਬ ਦਾ ਬਹੁਤ ਵੱਡਾ ਜਿਹੜਾ ਇੱਕ ਆਪਦਾ ਰੁਤਬਾ ਰਿਹਾ, ਜਿਹੜਾ ਬਹੁਤ ਵੱਜੇ ਜਿਹੜੇ ਸਿਆਸੀ ਜਿਹੜੇ ਉਹਨਾਂ ਸਿਆਸੀ ਬੋਰਡ ਜਿਹੜੇ ਮੰਨੇ ਜਾਂਦੇ ਸੀ ਬਾਬੇ ਬੋਰਡ ਦੇ ਨਾਂ ਦੇ ਉੱਤੇ ਜਾਣੇ ਜਾਂਦੇ ਸੀ, ਉਹਨੂੰ ਦੇਖਦੇ ਹੋਏ ਲੋਕਾਂ ਦੇ ਅਜੇ ਤੱਕ ਵੀ ਜਿਹੜਾ ਬਾਦ ਸਾਹਿਬ ਨਾਲ ਬਹੁਤ ਵੱਡਾ ਇੱਕ ਲਗਾਓ, ਉਸੇ ਚੀਜ਼ ਨੂੰ ਜਿਹੜੀ ਸ਼ਰਧਾਂਜਲੀ ਦੇਣ ਵਾਸਤੇ ਇੱਥੇ ਪਹਿਲੀ ਬਰਸੀ ਦੇ ਉੱਤੇ ਜਿਹੜਾ ਇਸ ਥਾਂ ਦੇ ਉੱਤੇ ਜਿਹੜੇ ਕੱਲ੍ਹ ਨੂੰ ਜਿਹੜਾ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਲੋਕਾਂ ਦੀ ਜਿਹੜੀ ਪਹੁੰਚਣ ਦੀ ਜਿਹੜੀ ਉਮੀਦ ਜਤਾਈ ਜਾ ਰਹੀ ਹੈ। ਹੋਰ ਇਹ ਵੀ ਦੱਸਿਆ ਜਾ ਰਿਹਾ ਜੀ ਇਸ ਥਾਂ ਦੇ ਉੱਤੇ ਜਿਹੜੇ ਕੇਂਦਰ ਦੇ ਮੰਤਰੀ ਵੀ ਕੋਈ ਜਿਹੜੇ ਪਹੁੰਚ ਸਕਦੇ ਨੇ, ਦਿੱਲੀ ਤੋਂ ਵੀ ਕੋਈ ਮੰਤਰੀ ਆ ਸਕਦੇ ਨੇ, ਜਿਹੜੇ ਨਾਲ ਦੇ ਸੂਬਿਆਂ ਦੇ ਵਿੱਚ ਹੈ ਜਿਵੇਂ ਨਾਲ ਹਰਿਆਣੇ ਤੋਂ ਵੀ ਜਿਹੜੇ ਇਸ ਥਾਂ ਦੇ ਉੱਤੇ ਲੀਡਰ ਹੈ ਜਾਂ ਉੱਥੋਂ ਦੇ ਲੋਕ ਹੈ ਜਿਹੜੇ ਇੱਥੇ ਇਸ ਜਗ੍ਹਾ ਦੇ ਉੱਤੇ ਪਹੁੰਚਣਗੇ, ਜਿਹੜੇ ਲੰਬੀ ਹਲਕੇ ਦੇ ਨਾਲ ਨਾਲ ਪੂਰਾ ਜਿਹੜਾ ਮਾਲਵਾ ਹੈ, ਜਿਹੜਾ ਬਾਦ ਸਾਹਿਬ ਨੂੰ ਜਿਹੜੇ ਚਾਹਣ ਵਾਲੇ ਲੋਕ ਹੈ, ਜਿਹੜੇ ਸਾਰੇ ਇੱਥੇ ਕੱਲ੍ਹ ਜਿਹੜਾ ਸ਼ਰਧਾਂਜਲੀ ਦੇਣ ਵਾਸਤੇ ਇਸ ਜਗ੍ਹਾ ਦੇ ਉੱਤੇ ਜਿਹੜੇ ਪਹੁੰਚਣਗੇ, ਉਹਨਾਂ ਨੂੰ ਜਿਹੜਾ ਇੱਥੇ ਪਹੁੰਚਣ ਵਾਸਤੇ ਜਿਹੜਾ ਉਹ ਇੰਤਜ਼ਾਮ ਜਿਹੜੇ ਟੈਂਟ ਲਾ ਕੇ ਜਿਹੜੇ ਕੀਤੇ ਗਏ ਨੇ, ਸਾਡੇ ਨਾਲ ਜਿਹੜੇ ਇੱਥੋਂ ਦੇ ਜਿਹੜੇ ਪ੍ਰਬੰਧਕ ਨੇ ਉਹ ਜਿਹੜੇ ਸਾਡੇ ਨਾਲ ਨੇ, ਜੇ ਉਹਨਾਂ ਨੂੰ ਪੁੱਛਦੇ ਹਾਂ ਜੀ ਕੱਲ੍ਹ ਨੂੰ ਜਿਹੜੇ ਕਿੰਨੇ ਕੁ ਲੋਕ ਮਤਲਬ ਇੱਥੇ ਜਿਹੜੀ ਪਹੁੰਚਣ ਦੀ ਜਿਹੜੀ ਉਮੀਦ ਜਿਹੜੀ ਆਪਣੇ ਉਹਨਾਂ ਜਿਤਾਈ ਜਾ ਰਹੀ ਹੈ ਜੀ। ਵੈਰੀ ਖਾਲਸਾ ਵੈਰੀ ਫਤਿਹ ਜੀ। ਕੱਲ੍ਹ ਨੂੰ ਜਿਹੜਾ ਇੱਥੇ ਇਕੱਠ ਹੋ ਰਿਹਾ ਜੀ ਪੂਰੇ ਪੰਜਾਬ ਲੈਵਲ ਦਾ ਹੋ ਰਿਹਾ, ਔਰ ਬਹੁਤ ਉਮੀਦ ਆ ਲੋਕਾਂ ਦੀ ਇਸ ਇਕੱਠ 'ਤੇ ਆਉਣ ਨੂੰ, ਇਸ ਬਾਦਲ ਸਾਹਿਬ ਦੇ ਇੱਥੇ ਜਗ੍ਹਾ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ, ਲੋਕਾਂ ਨੂੰ ਇਹ ਵੀ ਅਸੀਂ ਉਸ ਜਗ੍ਹਾ ਦੇ ਵੀ ਦਰਸ਼ਨ ਕਰੀਏ, ਅਸੀਂ ਉਸ ਨਗਰ 'ਚ ਵੀ ਜਾਈਏ। ਉਹਨਾਂ ਨਾਲ ਬਾਦਲ ਸਾਹਿਬ ਨਾਲ ਲੋਕਾਂ ਦਾ ਇੰਨਾ ਪਿਆਰ, ਲੋਕ ਟੈਲੀਫੋਨ ਕਰ ਪੁੱਛਦੇ ਆ ਵੀ ਕਦੋਂ ਪ੍ਰੋਗਰਾਮ ਹੋਊਗਾ, ਕਦੋਂ ਕਿੰਨੇ ਕੁ ਵਜੇ ਸ਼ੁਰੂ ਹੋਣਾ, ਕਿੰਨੇ ਵਜੇ ਇੱਥੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ, ਕੀਰਤਨ ਹੋਣਾ, ਕੀਰਤਨ ਦਰਬਾਰ ਸੱਜਣਗੇ, ਲੰਗਰ ਦਾ ਵਧੀਆ ਪ੍ਰਬੰਧ ਆ, ਰਹਿਣ ਦਾ ਵਧੀਆ ਪ੍ਰਬੰਧ ਆ, ਬੈਠਣ ਦਾ ਵਧੀਆ ਪ੍ਰਬੰਧ ਆ ਜੀ, ਇੱਥੇ ਬਹੁਤ ਸੱਚੇ ਢੰਗ ਨਾਲ ਪ੍ਰਬੰਧ ਹੋ ਰਹੇ ਆ, ਟ੍ਰੈਫਿਕ ਵੱਲੋਂ ਹੋਰ ਸਾਰੀਆਂ ਸਹੂਲਤਾਂ ਇੱਥੇ ਆ ਜੀ। ਮੈਂ ਸਾਰੇ ਪੰਜਾਬ ਨੂੰ ਸੱਦਾ ਦਿੰਦਾ ਪਿੰਡ ਮੈਂਬਰ ਹੋਣ ਦੇ ਨਾਤੇ ਪਿੰਡ ਦਾ, ਮੈਂ ਕਹਿੰਦਾ ਵੀ ਸਾਰੇ ਪੰਜਾਬ ਤੋਂ ਲੋਕ ਆਉਣ, ਹੋਰ ਸੂਬਿਆਂ ਤੋਂ ਵੀ ਜਿਵੇਂ ਰਾਜਸਥਾਨ, ਹਰਿਆਣਾ, ਉਹਨਾਂ ਨੂੰ ਚਾਹੁਣ ਵਾਲੇ, ਪਿਆਰ ਕਰਨ ਵਾਲੇ, ਉਹ ਵੀ ਇੱਥੇ ਜ਼ਰੂਰ ਪਹੁੰਚਣ ਜੀ, ਸਾਡੇ ਬਾਦਲ ਪਿੰਡ ਪਹੁੰਚਣ ਅਤੇ ਉਸ ਜਗ੍ਹਾ ਦੇ ਦਰਸ਼ਨ ਕਰਨ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ। ਮਹਿਬੂਬ ਨੇਤਾ ਸਾਡਾ, ਉਹਨਾਂ ਦਾ ਬਹੁਤ ਘਾਟਾ ਜਿਹੜਾ ਪੰਜਾਬ ਨੂੰ ਵੀ ਪਿਆ, ਪਰਿਵਾਰ ਨੂੰ ਵੀ ਪਿਆ ਜੀ, ਸਾਰਿਆਂ ਨੂੰ ਬਹੁਤ ਵੱਡਾ ਘਾਟਾ ਉਹਨਾਂ ਦਾ ਪਿਆ, ਜਿਹੜਾ ਉਹ ਪੂਰਾ ਨਹੀਂ ਹੋ ਸਕਦਾ, ਪਰ ਫਿਰ ਵੀ ਸਾਡੇ ਪ੍ਰਧਾਨ ਜੀ ਲੱਗੇ ਹੋਏ ਨੇ, ਸਾਰਾ ਬਹੁਤ ਉਹਨਾਂ ਦਾ ਸੰਘਰਸ਼ ਜਾਰੀ ਹੈ ਇਸ ਟਾਈਮ, ਬਹੁਤ ਬਿਜ਼ੀ ਲਾਈਫ ਉਹਨਾਂ ਦੀ। ਮੈਂ ਵੀ ਲੋਕਾਂ ਨੂੰ ਬੇਨਤੀ ਕਰਦਾ ਵੀ ਆਪਣੀ ਮਾਂ ਪਾਰਟੀ ਨਾਲ, ਆਪਣੇ ਪ੍ਰਕਾਸ਼ ਸਿੰਘ ਬਾਦਲ ਦੇ ਕੀਤੇ ਹੋਏ ਕੰਮਾਂ ਨਾਲ, ਉਹਨਾਂ ਦੇ ਸਾਰੇ ਮਤਲਬ ਜਿੰਨੇ ਉਹਨਾਂ ਦੇ ਚੋਣ ਵਾਲੇ ਉਹ ਸਾਰੇ ਨਾਲ ਜੁੜਨ, ਸੰਯੋਗ ਦੇਣ ਪਾਰਟੀ ਨੂੰ, ਮਾਂ ਪਾਰਟੀ ਹੈ ਸਾਡੀ, ਇਹਨੂੰ ਅਸੀਂ ਜਿੰਦਾ ਰੱਖਣਾ ਬਹੁਤ ਜ਼ਰੂਰੀ ਹੈ, ਸਾਡੇ ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ, ਇਸ ਨੂੰ ਜਿਉਂਦਾ ਰੱਖਣਾ ਪਾਰਟੀ ਨੂੰ, ਇਹਨੂੰ ਚੜ੍ਹਦੀ ਕਲਾ 'ਚ ਲਿਜਾਣਾ ਪੰਥ ਲਈ, ਪੰਥ ਵਾਸਤੇ। ਬਾਹਰੋਂ ਵੀ ਕੋਈ ਦੂਜੇ ਸੂਬੇ ਤੋਂ ਵੀ ਕੋਈ ਲੀਡਰ ਆ ਰਹੇ, ਜਿਵੇਂ ਦਿੱਲੀ ਤੋਂ ਕੋਈ ਹੋਰ ਵੀ ਆ ਰਿਹਾ? ਉਮੀਦ ਆ ਜੀ ਗੱਲ ਆ ਰਹੇ, ਪਰ ਪੱਕਾ ਕਨਫਰਮ ਨਹੀਂ ਕੌਣ ਕੌਣ ਆ ਰਿਹਾ, ਉਮੀਦ ਆ ਵੀ ਆ ਰਹੇ ਨੇ, ਹੋਰ ਵੀ ਆ ਰਹੇ ਨੇ, ਪੰਜਾਬ ਤੋਂ ਵੀ ਆ ਰਹੇ, ਹਰਿਆਣੇ ਤੋਂ, ਦਿੱਲੀ ਤੋਂ ਵੀ ਸ਼ਾਇਦ ਆ ਰਹੇ ਨੇ, ਕਨਫਰਮ ਨਹੀਂ ਪੱਕਾ, ਬਾਕੀ ਆ ਰਹੇ ਨੇ ਲੀਡਰ, ਕਾਫੀ ਇਕੱਠ ਹੋਣ ਦੀ ਉਮੀਦ ਆ, ਬਹੁਤ ਵੱਡਾ ਇਕੱਠ ਹੋਊਗਾ ਜੀ। ਇੱਥੇ ਲੰਗਰ ਦਾ ਪੂਰਾ ਪ੍ਰਬੰਧ ਆ ਜੀ, ਚਾਹ ਪਾਣੀ ਦਾ ਪੂਰਾ ਪ੍ਰਬੰਧ ਹੋਊਗਾ, ਇੱਥੇ ਬੈਠਣ ਦਾ ਪੂਰਾ ਪ੍ਰਬੰਧ ਆ, ਬਾਕੀ ਤੁਸੀਂ ਵੇਖ ਹੀ ਲਿਆ ਕਿੱਡਾ ਵੱਡਾ ਪੰਡਾਲ ਸਜ ਰਿਹਾ, ਸਾਰਾ ਕੁਛ ਹੋ ਰਿਹਾ ਜੀ, ਸਾਰਾ ਬਹੁਤ ਚੰਗੇ ਢੰਗ ਨਾਲ ਹੋਊਗਾ ਜੀ।
ਇਹ ਹੈ ਜੀ, ਕੱਲ੍ਹ ਜਿਹੜਾ ਸਵੇਰ ਤੋਂ ਇੱਥੇ ਸੁਖਮਣੀ ਸਾਹਿਬ ਦੇ ਜਿਹੜੇ ਪਾਠ ਕੀਤੇ ਭੋਗ ਪਾਏ ਜਾਣਗੇ, ਉਹਨਾਂ ਤੋਂ ਬਾਅਦ ਜਿਹੜਾ ਕੀਰਤਨ ਦਰਬਾਰ ਲੱਗੇਗਾ, ਕੀਰਤਨ ਵੀ ਹੋਊਗਾ, ਉਸ ਤੋਂ ਬਾਅਦ ਜਿਹੜੇ ਲੀਡਰ ਇੱਥੇ ਪਹੁੰਚਣਗੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨਗੇ, ਉਸ ਤੋਂ ਬਾਅਦ ਜਿਹੜਾ ਲੰਗਰ ਦਾ ਵੀ ਜਿਹੜਾ ਬਹੁਤ ਵੱਡਾ ਇੰਤਜ਼ਾਮ ਕੀਤਾ ਗਿਆ ਹੈ, ਜਿਹੜਾ ਕੱਲ੍ਹ ਨੂੰ ਜਿਹੜੇ ਹੋਰ ਵੀ ਜਿਹੜੇ ਪੰਜਾਬ ਦੇ ਨਾਲ ਸੂਬੇ ਆ ਜਿਹੜੇ ਦੂਜੇ ਸਟੇਟਾਂ ਤੋਂ ਵੀ ਜਿਹੜੇ ਆਗੂ ਜਿਹੜੇ ਲੀਡਰ ਹੈ ਇੱਥੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਜਿਹੜੇ ਪਹੁੰਚ ਰਹੇ ਨੇ। ਚੇਤਨਪੁਰਾ ਨਿਊਜ਼ 18 ਲਈ ਪਿੰਡ ਬਾਦਲ।